ਇਸ ਵੇਲੇ ਵੱਡੀ ਖਬਰ ਹੈ ਜੰਮੂ ਕਸ਼ਮੀਰ ਤੋਂ। ਜੰਮੂ ਕਸ਼ਮੀਰ ਦੇ ਬਾਂਦੀਪੋਰਾ ਵਿੱਚ ਐਨਕਾਊਂਟਰ ਦੀ ਖਬਰ ਹੈ। ਮੁੱਠਭੇੜ ਵਿੱਚ ਇੱਕ ਦਹਿਸ਼ਤਗਰਦ ਦੀ ਮੌਤ ਹੋ ਗਈ ਹੈ। ਫੌਜ ਨੇ ਰਾਤ ਵੇਲੇ ਦਹਿਸ਼ਤਗਰਦਾਂ ਨੂੰ ਘੇਰਿਆ ਸੀ। ਜ਼ੀ ਮੀਡੀਆ ਪੱਤਰਕਾਰ ਖਾਲਿਦ ਹੁਸੈਨ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਖਾਲਿਦ, ਜੰਮੂ ਕਸ਼ਮੀਰ ਦੇ ਬਾਂਦੀਪੋਰਾ ਵਿੱਚ ਐਨਕਾਊਂਟਰ ਹੋਇਆ, ਕੀ ਜਾਣਕਾਰੀ ਹੈ? ਖਾਲਿਦ, ਆਵਾਜ਼ ਮਿਲ ਰਹੀ ਹੈ? ਖਾਲਿਦ, ਆਵਾਜ਼ ਮਿਲ ਰਹੀ ਹੈ? ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਜੰਮੂ ਕਸ਼ਮੀਰ ਦੇ ਬਾਂਦੀਪੋਰਾ ਵਿੱਚ ਐਨਕਾਊਂਟਰ ਦੀ ਇਹ ਖਬਰ ਹੈ। ਮੁੱਠਭੇੜ ਵਿੱਚ ਇੱਕ ਦਹਿਸ਼ਤਗਰਦ ਦੀ ਮੌਤ ਹੋ ਗਈ ਹੈ। ਫੌਜ ਨੇ ਰਾਤ ਵੇਲੇ ਦਹਿਸ਼ਤਗਰਦਾਂ ਨੂੰ ਘੇਰ ਲਿਆ ਸੀ। ਤੁਹਾਨੂੰ ਦੱਸ ਦਈਏ ਕਿ ਦਹਿਸ਼ਤਗਰਦ ਜਿਹੜਾ ਹੈ ਉਸ ਨੂੰ ਮਾਰ ਮੁਕਾਇਆ ਗਿਆ ਹੈ ਅਤੇ ਫੌਜ ਨੇ ਰਾਤ ਵੇਲੇ ਦਹਿਸ਼ਤਗਰਦਾਂ ਨੂੰ ਘੇਰਿਆ ਸੀ ਅਤੇ ਇੱਕ ਦਹਿਸ਼ਤਗਰਦ ਨੂੰ ਇਸ ਮੁੱਠਭੇੜ ਵਿੱਚ ਮਾਰ ਗਿਰਾਇਆ ਗਿਆ ਹੈ। ਜੰਮੂ ਕਸ਼ਮੀਰ ਦੇ ਬਾਂਦੀਪੋਰਾ ਵਿੱਚ ਐਨਕਾਊਂਟਰ ਇਹ ਚੱਲ ਰਿਹਾ ਹੈ। ਸਾਡੇ ਨਾਲ ਨੇ ਖਾਲਿਦ ਹੁਸੈਨ, ਜ਼ੀ ਮੀਡੀਆ ਪੱਤਰਕਾਰ। ਖਾਲਿਦ, ਕੀ ਜਾਣਕਾਰੀ ਹੈ? ਖਾਲਿਦ, ਆਵਾਜ਼ ਮਿਲ ਰਹੀ ਹੈ? ਦਿੱਕਤ ਪੇਸ਼ ਆ ਰਹੀ ਹੈ, ਮੁੜ ਤੋਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਬਾਂਦੀਪੋਰਾ ਵਿੱਚ ਐਨਕਾਊਂਟਰ ਦੀ ਖਬਰ ਹੈ। ਮੁੱਠਭੇੜ ਵਿੱਚ ਇੱਕ ਦਹਿਸ਼ਤਗਰਦ ਦੀ ਮੌਤ ਹੋਈ ਹੈ ਅਤੇ ਫੌਜ ਨੇ ਰਾਤ ਵੇਲੇ ਦਹਿਸ਼ਤਗਰਦਾਂ ਨੂੰ ਘੇਰ ਲਿਆ ਸੀ।